ਅੱਜ ਕੀ ਹੋਇਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਇਹ ਬੁਲੇਟਿਨ ਦੇ ਤੌਰ ਤੇ ਤੁਹਾਨੂੰ ਦਿਖਾਇਆ ਕਰਾਂਗੇ। ਜਿਹੜੀਆਂ ਦਿਨ ਦੀਆਂ ਵੱਡੀਆਂ ਖਬਰਾਂ ਹੋਣਗੀਆਂ ਉਹ ਸ਼ਾਮ ਤੱਕ ਤੁਹਾਡੇ ਕੋਲ ਪਹੁੰਚਦੀਆਂ ਕਰਿਆ ਕਰਾਂਗੇ। ਬੀਤੇ ਦਿਨੀ ਜਿਹੜਾ ਪਾਰਲੀਮੈਂਟ ਦੇ ਵਿੱਚ 3 ਜਾਣੇ ਵੜ ਗਏ ਸੀਗੇ, ਕੌਣ ਸੀ ਉਹ, ਵੱਡੇ ਸਵਾਲ ਉਹਨਾਂ ਨੂੰ ਲੈ ਕੇ ਖੜੇ ਹੋਏ ਕਿ ਆਖਿਰਕਾਰ ਅੱਜ ਦੇ ਸਮੇਂ ਦੇ ਵਿੱਚ ਵੀ 3 ਜਾਣੇ ਏਡਾ ਤਕੜਾ ਸਿਕਿਉਰਿਟੀ ਬ੍ਰੀਚ ਕਰਕੇ ਪਾਰਲੀਮੈਂਟ ਦੇ ਵਿੱਚ ਵੜ ਗਏ ਜਿੱਥੇ ਸਦਨ ਚੱਲ ਰਿਹਾ ਸੀ, ਤੇ ਉਸ ਤੋਂ ਬਾਅਦ ਜੋ ਕੁਛ ਹੋਇਆ, ਵੀਡੀਓਜ਼ ਵੀ ਸਾਹਮਣੇ ਆਈਆਂ, ਨਾਅਰੇਬਾਜ਼ੀ ਸੰਸਦ ਦੇ ਵਿੱਚ ਹੋਈ, ਤੇ ਉਸ ਦਿਨ ਹੋਈ ਜਦੋਂ 21ਵੀਂ ਬਰਸੀ ਮਨਾਈ ਜਾ ਰਹੀ ਸੀ ਅੱਤਵਾਦੀ ਹਮਲੇ ਦੀ, ਜਦੋਂ ਪੁਰਾਣੀ ਸਦਨ ਦੇ ਵਿੱਚ ਹੋਇਆ ਸੀ, ਤੇ ਇਸ ਸਭ ਦੇ ਦੌਰਾਨ ਬਹੁਤ ਵੱਡਾ ਸਿਕਿਉਰਿਟੀ ਲੈਪਸ ਇਸ ਨੂੰ ਦੇਖਿਆ ਗਿਆ। ਹੁਣ ਉਸ ਸਾਰੇ ਮਾਮਲੇ ਦੇ ਵਿੱਚ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਬੰਦੇ ਅੰਦਰ ਕਿਵੇਂ ਵੜੇ ਸੀ। ਇੱਕ ਸਾਗਰ ਸ਼ਰਮਾ ਨਾਂ ਦਾ ਬੰਦਾ ਸੀ ਜਿਸ ਦੀ ਪਹਿਚਾਣ ਹੋਈ, ਜਿਹੜਾ ਵਿਜ਼ਿਟਰ ਗੈਲਰੀ ਤੋਂ ਛਾਲ ਮਾਰ ਕੇ ਸੰਸਦ ਗਰਾਊਂਡ ਤੇ ਪਹੁੰਚਿਆ, ਤੇ ਉਸ ਤੋਂ ਬਾਅਦ ਨਾਅਰੇਬਾਜ਼ੀ ਕਰਨ ਲੱਗਿਆ, ਤੇ ਜਿਸ ਤੋਂ ਬਾਅਦ ਉਹਨੂੰ MPਾਂ ਨੇ ਫੜ ਵੀ ਲਿਆ ਸੀ। ਸਾਗਰ ਸ਼ਰਮਾ ਕਰਨਾਟਕ ਦੇ ਵਿੱਚ ਗਿਆ ਸੀ ਇਸ ਹਮਲੇ ਤੋਂ ਪਹਿਲਾਂ, ਤੇ ਉਸਨੇ ਸੋਸ਼ਲ ਮੀਡੀਆ ਤੇ ਵੀ ਪੋਸਟ ਪਾਈ ਸੀ ਕਿ ਕੁਝ ਵੀ ਨਾਮੁਮਕਿਨ ਨਹੀਂ ਹੈ, ਸਾਰਾ ਕੁਝ ਕੀਤਾ ਜਾ ਸਕਦਾ। ਇਹ ਪੋਸਟ ਉਸਦੀ ਕੁਝ ਘੰਟੇ ਪਹਿਲਾਂ ਦੀ ਸੀ, ਤੇ ਉਸ ਤੋਂ ਬਾਅਦ ਉਹ ਏਡੀ ਵੱਡੀ ਕਾਰਵਾਈ ਸਦਨ ਦੇ ਵਿੱਚ ਪਹੁੰਚ ਜਾਂਦਾ, ਤੇ ਉਸ ਤੋਂ ਬਾਅਦ ਛਾਲ ਮਾਰਦਾ, ਤੇ ਭਰਪੂਰ ਹੰਗਾਮਾ ਉਸ ਵੇਲੇ ਦੇਖਿਆ ਜਾਂਦਾ। ਇਹ ਸਾਗਰ ਸ਼ਰਮਾ ਕਰਨਾਟਕ ਦੇ ਵਿੱਚ ਭਾਜਪਾ ਦੇ ਇੱਕ ਜਿਹੜੇ MP ਨੇ ਉਹਨਾਂ ਤੋਂ ਹੀ, ਪ੍ਰਤਾਪ ਸਿਮਾ, ਉਹਨਾਂ ਤੋਂ ਹੀ ਵਿਜ਼ਿਟਰ ਕਾਰਡ ਬਣਵਾਇਆ ਸੀ, ਤੇ ਉਸ ਜ਼ਰੀਏ ਸਦਨ ਦੇ ਵਿੱਚ ਦਾਖਲ ਹੋਇਆ ਸੀ, ਤੇ ਉਸ ਤੋਂ ਬਾਅਦ ਵਿਜ਼ਿਟਰ ਗੈਲਰੀ ਤੋਂ ਸਦਨ ਦੇ ਵਿੱਚ ਛਾਲ ਮਾਰਦਾ। ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸਪੀਕਰ ਓਮ ਬਿਰਲਾ ਨਾਲ ਵੀ ਗੱਲਬਾਤ ਕਰਨ ਗਏ ਉਹ MP ਪ੍ਰਤਾਪ ਸਿਮਾ, ਜਿਨ੍ਹਾਂ ਦੇ ਜ਼ਰੀਏ ਇਹ ਵਿਜ਼ਿਟਰ ਕਾਰਡ ਬਣਵਾਇਆ ਗਿਆ ਸੀ। ਉਹਨਾਂ ਨੇ ਕਿਹਾ ਕਿ ਜਿਹੜਾ ਸਾਗਰ ਸ਼ਰਮਾ ਦਾ ਬਾਪ ਹੈ ਉਹ ਸਾਡੇ ਪਾਰਟੀ ਦੇ ਨਾਲ ਜੁੜਿਆ ਹੋਇਆ, ਤਾਂ ਇਸ ਕਰਕੇ ਲਿੰਕ ਬਣਿਆ ਹੋਇਆ ਸੀ ਉਹਨਾਂ ਨਾਲ, ਤੇ ਨਵੀਂ ਜਿਹੜੀ ਸੰਸਦ ਬਣਾਈ ਗਈ ਆ ਉਸ ਨੂੰ ਦਿਖਾਉਣ ਦੇ ਸਿਲਸਿਲੇ ਦੇ ਵਿੱਚ ਇਹ ਵਿਜ਼ਿਟਰ ਕਾਰਡ ਬਣਾ ਕੇ ਗਿਆ ਸੀ, ਪਰ ਇਸ ਤਰੀਕੇ ਦੇ ਨਾਲ ਉਸਦਾ ਇਸਤੇਮਾਲ ਕੀਤਾ ਗਿਆ, ਤੇ ਪੂਰੇ ਦੁਨੀਆ ਦੇ ਵਿੱਚ, ਮੁਲਕ ਤਾਂ ਛੱਡੋ, ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਦੀ ਵੀਡੀਓ ਬੜੀ ਵਾਇਰਲ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਇੰਨੇ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ 3 ਜਾਣੇ ਪ੍ਰਦਰਸ਼ਨ ਕਰਦੇ ਹੋਏ ਸਦਨ ਗਰਾਊਂਡ ਤੱਕ ਪਹੁੰਚ ਜਾਂਦੇ ਨੇ ਵਿਜ਼ਿਟਰ ਗੈਲਰੀ ਤੋਂ ਛਾਲ ਮਾਰ ਕੇ, ਤੇ ਕੀ ਕੁਛ ਵਾਪਰਦਾ, ਉਸ ਤੋਂ ਬਾਅਦ ਕਾਰਵਾਈ ਇਸ ਸੰਬੰਧ ਦੇ ਵਿੱਚ ਕੀਤੀ ਜਾ ਰਹੀ ਹੈ। ਤੇ ਸਭ ਤੋਂ ਬਾਅਦ ਮਾਹੌਲ ਵੀ ਬੜਾ ਬਣਾਇਆ ਗਿਆ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਕਿਤੇ ਨਾ ਕਿਤੇ ਇਹ ਜਿਹੜੀ ਨਵੀਂ ਸਦਨ ਬਣਾਈ ਹੈ, ਇਹ ਜਿਹੜਾ ਨਵਾਂ ਸਦਨ ਬਣਾਇਆ ਹੈਗਾ, ਇਸ ਦੇ ਵਿੱਚ ਸਿਕਿਉਰਿਟੀ ਬ੍ਰੀਚ ਪਹਿਲਾਂ ਵੀ ਅਕਸਰ ਕਾਫੀ ਦੇਖੇ ਜਾ ਚੁੱਕੇ ਨੇ, ਕਿਉਂਕਿ ਹਾਲੇ ਤੱਕ ਇਹ ਬਿਲਡਿੰਗ ਕਿਸ ਰੂਪ ਰੇਖਾ ਢੰਗ ਤਰੀਕੇ ਦੇ ਨਾਲ ਬਣਾਈ ਹੈ ਇਹ ਸਮਝ ਸਿਕਿਉਰਿਟੀ ਗਾਰਡਸ ਨੂੰ ਵੀ ਨਹੀਂ ਆ ਰਹੀ। ਸ਼੍ਰੋਮਣੀ ਅਕਾਲੀ ਦਲ ਦਾ ਅੱਜ ਸਥਾਪਨਾ ਦਿਵਸ ਹੈ, ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਮੌਜੂਦਾ ਪ੍ਰਧਾਨ ਬੋਲੇ ਨੇ, ਤੇ ਮਾਫ਼ੀ ਮੰਗੀ ਹੈ 8 ਸਾਲ ਬਾਅਦ ਜਿਹੜੀਆਂ ਬੇਅਦਬੀਆਂ ਹੋਈਆਂ ਸੀ ਉਹਨਾਂ ਦੀ ਸਰਕਾਰ ਦੇ ਵੇਲੇ ਸਾਲ 2015 ਦੇ ਵਿੱਚ, ਉਸ ਨੂੰ ਲੈ ਕੇ ਮਾਫ਼ੀ ਮੰਗੀ ਹੈ, ਤੇ ਇਸ ਗੱਲ ਦੇ ਲਈ ਵੀ ਮਾਫ਼ੀ ਮੰਗੀ ਹੈ ਕਿ ਅਸੀਂ ਆਪਣੀ ਸਰਕਾਰ ਰਹਿੰਦੇ ਉਹਨਾਂ ਦੋਸ਼ੀਆਂ ਨੂੰ ਲੱਭ ਨਹੀਂ ਸਕੇ। ਇਹ ਮਾਫ਼ੀ ਜਿਹੜੀ ਅੱਜ ਵੀਡੀਓ ਇਸ ਦੀ ਵਾਇਰਲ ਹੋ ਰਹੀ ਹੈ, ਇੱਕ ਸਪੀਚ ਦੇ ਰਹੇ ਸੀ, ਸੰਬੋਧਨ ਕਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ, ਲੀਡਰਾਂ ਨੂੰ, ਤਮਾਮ ਲੀਡਰ ਉਸ ਸਭਾ ਦੇ ਵਿੱਚ ਬੈਠੇ ਸੀ, ਤੇ ਇਸ ਗੱਲ ਦਾ ਉਹਨਾਂ ਨੇ ਕਿਹਾ ਕਿ ਸਾਰਿਆਂ ਨੇ ਸਿਆਸਤ ਕੀਤੀ, ਸਾਡੇ ਤੇ ਉਦੋਂ ਬਹੁਤ ਜ਼ਿਆਦਾ ਦਬਾਅ ਪਾਇਆ ਗਿਆ, ਅਸੀਂ ਚਾਹੁੰਦੇ ਸੀ ਕਿ ਦੋਸ਼ੀ ਫੜ ਲਏ ਜਾਣ, ਪਰ ਵਿਰੋਧੀ ਪਾਰਟੀਆਂ ਵੀ ਜਿਹੜੀਆਂ ਸੀਗੀਆਂ ਉਸ ਮੌਕੇ, ਜਿਹੜੀ ਕਾਂਗਰਸ ਸੀਗੀ, ਉਹਨਾਂ ਦਾ ਬੜਾ ਪ੍ਰੈਸ਼ਰ ਸੀ ਕਿ ਇਹ ਕੇਸ CBI ਨੂੰ ਦਿੱਤੇ ਜਾਣ, ਪੰਜਾਬ ਪੁਲਿਸ ਇਸ ਦੀ ਜਾਂਚ ਪੜਤਾਲ ਨਾ ਕਰੇ, ਜਿਸ ਦੇ ਚੱਲਦਿਆਂ ਇਹ ਸਾਰਾ ਕੇਸ CBI ਦੇ ਹਵਾਲੇ ਚਲਾ ਗਿਆ, ਤੇ ਉਸ ਤੋਂ ਬਾਅਦ ਜਾਂਚ ਹੁਣ ਤੱਕ ਰੋਲਦੀ ਪਈ ਹੈ। ਇਸ ਨੂੰ ਲੈ ਕੇ ਮੁਆਫ਼ੀ ਮੰਗੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਹਾਲਾਂਕਿ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਡੈਂਟ ਪਿਆ। ਅੱਜ ਹਾਲ ਸਾਰਿਆਂ ਦੇ ਸਾਹਮਣੇ ਹੀ ਹੈ,
ਸਿਰਫ ਮਹਿਜ਼ 3 ਸੀਟਾਂ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਮਿਲੀਆਂ ਨੇ। 2022 ਦੀਆਂ ਚੋਣਾਂ ਦੇ ਵਿੱਚ ਜਿੱਥੇ ਪਹਿਲਾਂ ਸਰਕਾਰਾਂ ਦੇ ਵਿੱਚ ਰਹਿੰਦੇ ਸੀ, ਤੀਜੀ ਵਾਰ ਸਰਕਾਰ ਇਹਨਾਂ ਦੀ ਰਿਪੀਟ ਚੱਲ ਰਹੀ ਸੀ, ਅਤੇ ਉਸ ਤੋਂ ਬਾਅਦ ਜਦੋਂ ਹੀ ਬੇਅਦਬੀ ਦੀ ਘਟਨਾ ਹੁੰਦੀ ਹੈ ਤਾਂ ਪੁੱਠਾ ਦੌਰ ਇਹਨਾਂ 'ਤੇ ਆਉਣਾ ਸ਼ੁਰੂ ਹੋ ਜਾਂਦਾ। ਸੁਖਬੀਰ ਸਿੰਘ ਬਾਦਲ ਨੇ ਆਪਣੀ ਇਸ ਸਪੀਚ ਦੇ ਵਿੱਚ ਇਹ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਦੋਂ ਆਖਰੀ ਦਿਨ ਸੀ ਤਾਂ ਜਦੋਂ ਮੈਂ ਅਕਸਰ ਉਹਨਾਂ ਕੋਲ ਜਾ ਕੇ ਬੈਠਦਾ ਹੁੰਦਾ ਸੀ ਤਾਂ ਇਸ ਗੱਲ ਦੀ ਚਿੰਤਾ ਉਹ ਹਮੇਸ਼ਾ ਲੈਂਦੇ ਰਹਿੰਦੇ ਸੀ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਪੰਥਕ ਪਾਰਟੀ ਕਹੋਂ ਦੀ ਉਸ ਰਾਜਕਰ ਦੀ ਪਾਰਟੀ ਦੇ ਵਿੱਚ ਉਸ ਅਧੀਨ ਜਦੋਂ ਬੇਅਦਬੀ ਹੁੰਦੀ ਹੈ ਅਤੇ ਉਹ ਬਾਅਦ 'ਚ ਇਨਸਾਫ਼ ਨਹੀਂ ਦਵਾ ਪਾਉਂਦੇ। ਇਸ ਗੱਲ ਦਾ ਅਫਸੋਸ ਆਖਰੇ ਸਮੇਂ ਤੱਕ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਰਿਹਾ ਅਤੇ ਹੁਣ ਮਾਫ਼ੀ ਮੰਗੀ ਹੈ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਦੁਬਾਰਾ ਆਊਗੀ ਤਾਂ ਜ਼ਰੂਰ ਇਹਨਾਂ ਨੂੰ ਅਸੀਂ ਦੋਸ਼ੀਆਂ ਨੂੰ ਫੜਾਂਗੇ। ਪਰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। 8 ਸਾਲ ਹੋ ਗਏ ਨੇ, ਕਾਂਗਰਸ ਨੇ ਵੀ ਵਾਅਦੇ ਕੀਤੇ ਸੀ 5 ਸਾਲ, ਉਹ ਵੀ ਕੱਟ ਕੇ ਚਲੇ ਗਏ ਅਤੇ ਹੁਣ ਆਮ ਆਦਮੀ ਪਾਰਟੀ ਵਾਲੇ ਆਏ ਹੈਗੇ ਆ। ਇਹ ਚਲਾਣ ਤਾਂ ਪੇਸ਼ ਕਰ ਰਹੇ ਨੇ ਪਰ ਕੀ ਕੋਈ ਗਾਂਹ ਗੱਲ ਅੱਗੇ ਲੱਗੂਗੀ, ਕਿਸੇ ਸਿਰੇ ਤੱਕ ਪਹੁੰਚੂਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਸੁਖਬੀਰ ਬਾਦਲ ਨੇ ਅਫਸੋਸ ਜਤਾਇਆ ਇਸ 'ਤੇ ਅਤੇ ਮਾਫ਼ੀ ਅੱਜ ਮੰਗੀ ਹੈ। ਮਾਫ਼ੀ 'ਤੇ ਕੀ ਕਹਿਣਾ ਕਮੈਂਟ ਆ ਸਾਨੂੰ ਦੱਸ ਦਿਓ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ, ਮੁੱਖ ਸੇਵਾਦਾਰ ਹੋਣ ਦੇ ਨਾਤੇ, ਆਪਾਂ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਬਿਰਾਜਮਾਨ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫ਼ੀ ਮੰਗਣਾ ਚਾਹੁੰਦਾ। ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਉਹਦੇ ਮੈਂ ਮਾਫ਼ੀ ਕਿ ਅਸੀਂ ਨੇ ਦੋਸ਼ੀ ਫੜ ਸਕੇ, ਪਰ ਅਸੀਂ ਵਾਅਦਾ ਕਰਦੇ ਹਾਂ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ। ਆ ਪਿੱਛੇ ਜੇ ਬੜਾ ਰੌਲਾ ਪਿਆ ਸੀ ਜਦੋਂ ਪਰਾਲੀ ਸਾੜਨ ਦੇ ਦਿਨ ਆਉਂਦੇ ਨੇ ਅਤੇ ਬਾਅਦ 'ਚੋਂ ਕਣਕ ਵੀ ਲਾਉਣੀ ਹੁੰਦੀ ਹੈ। ਪੁਰਾਣੀ ਰਵਾਇਤ ਇਹ ਰਹੀ ਹੈ ਕਿ ਪਰਾਲੀ ਸਾੜ ਦਿੰਦੇ ਸੀ ਅਤੇ ਉਸ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਜਾਂਦੀ ਸੀ, ਪਰ ਅਫਸਰਾਂ ਦੇ ਗੇੜੇ ਇਸ ਵਾਰ ਪਿੰਡਾਂ ਦੇ ਵਿੱਚ ਬਹੁਤ ਵੱਜੇ ਸੀਗੇ। ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਸੀ ਉਹਨਾਂ ਨੂੰ ਜਾ ਕੇ ਰੋਕਦੇ ਸੀ, ਭਾਰੀ ਜੁਰਮਾਨੇ ਲਾਉਂਦੇ ਸੀ, ਗ੍ਰਿਫਤਾਰੀਆਂ ਵੀ ਇਸ ਸੰਬੰਧ ਦੇ ਵਿੱਚ ਹੋਈਆਂ। ਕਿਸਾਨ ਜਥੇਬੰਦੀਆਂ ਨੇ ਵੀ ਬੜਾ ਵਿਰੋਧ ਕੀਤਾ ਅਤੇ ਇਸ ਨੂੰ ਚੱਲਦਿਆਂ ਹੁਣ ਕਿਸਾਨਾਂ ਦੀ ਜਿਹੜੀ ਫਸਲ ਹੈ ਕਣਕ ਦੀ ਉਹ ਸੁੰਡੀ ਪੈਣੀ ਸ਼ੁਰੂ ਹੋ ਗਈ ਉਹਦੇ 'ਤੇ। ਸੰਗਰੂਰ ਦਾ ਲਹਿਰਾ ਗਾਗਾ ਦਾ ਪਿੰਡ ਹੈ ਸੰਗਤਪੁਰਾ, ਉੱਥੋਂ ਦੇ ਕਿਸਾਨ ਨੇ 17 ਏਕੜ ਫਸਲ ਉਹਨਾਂ ਦੀ ਜਿਹੜੀ ਕਣਕ ਬੀਜੀ ਹੋਈ ਸੀ ਉਹਨੂੰ ਸੁੰਡੀ ਪੈ ਗਈ ਹੈ। ਕਿਸਾਨ ਨੇ ਇਹੀ ਕਿਹਾ ਕਿ ਅਸੀਂ ਆਏ ਵਾਰੀ ਪਰਾਲੀ ਨੂੰ ਅੱਗ ਲਾ ਕੇ ਉਸ ਤੋਂ ਬਾਅਦ ਕਣਕ ਬੀਜਦੇ ਹੁੰਦੇ ਹਾਂ, ਪਰ ਇਸ ਵਾਰ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਰੋਕਣ ਤੋਂ ਬਾਅਦ ਅਸੀਂ ਜਿਹੜੀ ਅੱਗ ਨਹੀਂ ਸੀ ਲਾਈ ਅਤੇ ਉਸ ਤੋਂ ਬਾਅਦ ਕਣਕ ਬੀਜੀ ਅਤੇ ਉਹਦਾ ਇਹ ਨਤੀਜਾ ਨਿਕਲਿਆ ਕਿ ਸੁੰਡੀ ਪੈ ਗਈ ਹੈ। ਅਤੇ ਇਹ ਹੋਰ ਵੀ ਬਹੁਤ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਅਤੇ ਉਹਨਾਂ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਜਿੱਥੇ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਅਤੇ ਬਾਅਦ 'ਚ ਕਣਕ ਦੀ ਬਿਜਾਈ ਕੀਤੀ ਗਈ। ਯਾਨੀ ਕਿ ਜਿਹੜੇ ਅਫਸਰ ਵੀ ਆਉਂਦੇ ਸੀ ਉਹ ਵੀ ਹੁਣ ਇੱਕ ਗਿਲਾ ਕਿਸਾਨ ਜਤਾ ਰਹੇ ਨੇ ਕਿ ਅਫਸਰ ਹੁਣ ਖੇਤੀ ਵਿਭਾਗ ਦਫ਼ਤਰਾਂ ਦੇ ਵਿੱਚ ਜਾਈਏ ਤਾਂ ਉੱਥੇ ਲੱਭਦੇ ਨਹੀਂ ਅਤੇ ਨਾ ਹੀ ਕੋਈ ਹੁਣ ਮਦਦ ਕਰ ਰਹੇ ਨੇ ਅਤੇ ਆਉਂਦੇ ਦਿਨਾਂ ਦੇ ਵਿੱਚ ਕੋਈ ਮੁਆਵਜ਼ੇ ਦੀ ਵੀ ਮੰਗ ਅੱਗੇ ਲੈ ਕੇ ਜਾਣ ਦੀ ਇਹ ਗੱਲ ਕਰ ਰਹੇ ਨੇ। ਅੱਜ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ ਅਤੇ ਇਹ ਵੀਡੀਓ ਅੱਗ ਵਾਂਗੂ ਵਾਇਰਲ ਹੋ ਗਈ, ਤੁਸੀਂ ਵੀ ਜ਼ਰੂਰ ਦੇਖੀ ਹੋਣੀ ਹੈ। ਦਰਅਸਲ ਹੁੰਦਾ ਕੀ ਹੈ ਕਿ ਕੁਲਵੰਤ ਸਿੰਘ ਸਿੱਧੂ ਹੁਣੀ ਇਲਾਕੇ ਦਾ ਦੌਰਾ ਕਰ ਰਹੇ ਹੁੰਦੇ ਆ, ਨਾਲ ਉਹਨਾਂ ਦੇ ਵਰਕਰ ਵੀ ਹੁੰਦੇ ਆ, 2-3 ਕੈਮਰੇ ਵਾਲੇ ਵੀ ਹੁੰਦੇ ਆ ਅਤੇ ਇੱਕ ਜਗ੍ਹਾ 'ਤੇ ਪਹੁੰਚਦੇ ਜਿੱਥੇ ਇੱਕ ਮੁੰਡਾ ਹੱਥ ਦੇ ਵਿੱਚ ਉਸਦੇ ਸਿਗਰਟ ਹੁੰਦੀ ਹੈ ਅਤੇ ਲਾਈਟਰ ਹੁੰਦਾ ਹੈ ਅਤੇ ਉਸਨੂੰ ਪੁੱਛਦੇ ਆ ਤੂੰ ਇੱਥੇ ਕੀ ਕਰਦਾ ਹੈ, ਕੌਣ ਸੀ। ਇਹ ਪਤਾ ਲੱਗਦਾ ਹੈ ਕਿ ਫੋਨ ਆਇਆ ਸੀ ਵਿਧਾਇਕ ਹੋਰਾਂ ਨੂੰ ਅਤੇ ਨੌਜਵਾਨ ਉੱਥੇ ਚਿੱਟਾ ਵਗੈਰਾ ਪੀਂਦੇ ਨੇ, ਵੇਚਦੇ ਨੇ, ਨਸ਼ੇ ਦੀ ਤਸਕਰੀ ਉੱਥੇ ਹੁੰਦੀ ਹੈ ਜਿਸ ਕਰਕੇ ਉਹ ਪਹੁੰਚਦੇ ਨੇ ਅਤੇ ਬਾਕੀ ਸਾਰੇ ਭੱਜ ਜਾਂਦੇ ਨੇ ਅਤੇ ਮੁੰਡਾ ਇਕੱਲਾ ਇਹਨਾਂ ਦੇ ਉਡੀਕੇ ਚੜ੍ਹ ਜਾਂਦਾ। ਉਹਨੂੰ ਪੁੱਛਦੇ ਨੇ ਕਿ ਹਾਂ ਵੀ ਤੂੰ ਕੌਣ ਹੈ, ਕੀ ਕਰਦਾ ਇੱਥੇ, ਅਤੇ ਹੱਥ ਦੇ ਵਿੱਚ ਉਹਦੇ ਸਿਗਰਟ ਅਤੇ ਲਾਈਟਰ ਹੁੰਦਾ ਜਿਹੜਾ ਕਿ ਗਾਂਜੇ ਦੇ ਨਾਲ ਭਰੀ ਹੁੰਦੀ ਆ। ਉਸ ਤੋਂ ਬਾਅਦ ਵਿਧਾਇਕ ਜਦੋਂ ਉਹਨੂੰ ਪੁੱਛਦੇ ਨੇ ਪਰ ਉਹ ਜਵਾਬ ਦੇ ਕੇ ਹੱਸਦਾ, ਨਾਲ ਦੰਦ ਕੱਢਦਾ, ਜਿਸ ਤੋਂ ਬਾਅਦ ਅਚਾਨਕ ਉਹਨਾਂ ਨੂੰ ਵਿਧਾਇਕ ਸਾਹਿਬ ਨੂੰ ਗੁੱਸਾ ਆ ਜਾਂਦਾ ਅਤੇ ਥੱਪੜ ਜੜ ਦਿੰਦੇ ਨੇ ਅਤੇ ਉਸ ਤੋਂ ਬਾਅਦ ਇਹ ਵੀਡੀਓ ਬੜੀ ਅੱਗ ਦੇ ਵਾਂਗ
ਵਾਇਰਲ ਹੁੰਦੀ ਆ। ਪਰ ਕਿਤੇ ਨਾ ਕਿਤੇ ਇਹ ਗੱਲ ਸਪਸ਼ਟੀਕਰਨ ਦੇ ਤੌਰ ਤੇ ਕੁਲਵੰਤ ਸਿੰਘ ਸਿੱਧੂ ਹੋਰੀ ਕਹਿੰਦੇ ਹੋਏ ਨਜ਼ਰ ਆਏ ਕਿ ਉਹ ਮੇਰੇ ਮੁੰਡਿਆਂ ਵਰਗਾ ਸੀਗਾ, ਜਿਸ ਕਰਕੇ ਗੁੱਸਾ ਆ ਗਿਆ, ਜਿਸ ਕਰਕੇ ਉਹ ਇਹ ਰਿਐਕਸ਼ਨ ਸੰਭਾਲ ਨਹੀਂ ਪਾਏ, ਥੱਪੜ ਮਾਰ ਦਿੱਤਾ। ਤੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੁੰਡੇ ਦੀ ਤਫਤੀਸ਼ ਜਿਹੜੀ ਆ ਥਾਣੇ ਦੇ ਵਿੱਚ ਦੇ ਦਿੱਤੀ ਗਈ ਆ, ਜੇ ਤਾਂ ਉਹ ਇਕੱਲਾ ਪੀਂਦਾ ਤਾਂ ਉਸਦੀ ਯਾਦ ਛੁਡਵਾਈ ਜਾਣ ਦੇ ਵਿੱਚ ਮਦਦ ਕੀਤੀ ਜਾਊਗੀ, ਪਰ ਜੇਕਰ ਉਹ ਵੇਚਦਾ ਤਾਂ ਬਣਦੀ ਕਾਰਵਾਈ ਵੀ ਉਸ 'ਤੇ ਕੀਤੀ ਜਾਊਗੀ। ਆ ਜਿਹੜਾ ਥੱਪੜ ਮਾਰਿਆ ਗਿਆ ਨੌਜਵਾਨ ਦੇ ਉੱਤੇ ਵਿਧਾਇਕ ਦੇ ਵੱਲੋਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ 'ਚ ਦੱਸਿਓ ਸਾਨੂੰ। ਕੈਨੇਡਾ ਦੇ ਵਿੱਚ ਗਏ ਪੰਜਾਬੀਆਂ ਦੇ ਲਈ ਇੱਕ ਮਾੜੀ ਖਬਰ ਸਾਹਮਣੇ ਆਈ ਹੈ। ਜਿਹੜੇ ਪੰਜਾਬੀ ਪੋਸਟ ਗ੍ਰੈਜੂਏਟ ਤੋਂ ਬਾਅਦ ਉੱਥੇ ਵਰਕ ਪਰਮਿਟ 'ਤੇ ਕੰਮ ਕਰ ਰਹੇ ਸੀ, ਉਹਨਾਂ ਨੂੰ ਅੱਗੇ ਵਰਕ ਪਰਮਿਟ ਦੇ ਵਿੱਚ ਐਕਸਟੈਂਸ਼ਨ ਨਹੀਂ ਮਿਲੂਗੀ। ਕੈਨੇਡਾ ਸਰਕਾਰ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਪੋਸਟ ਗ੍ਰੈਜੂਏਟ ਕਰਨ ਤੋਂ ਬਾਅਦ ਓਪਨ ਵਰਕ ਪਰਮਿਟ ਭਰਦੇ ਨੇ, ਉਹਨਾਂ ਨੂੰ ਐਕਸਟੈਂਸ਼ਨ ਨਹੀਂ ਮਿਲੀ ਜਾਊਗੀ। ਪਰ ਇਸ ਦੇ ਵਿੱਚ ਵੀ ਕੁਝ ਸ਼ਰਤਾਂ ਨੇ, ਅਤੇ ਇਹ ਵੀ ਦੱਸਦੀ ਹੈ ਕਿ 14 ਲੱਖ ਦੇ ਕਰੀਬ ਵਿਦਿਆਰਥੀ ਨੇ ਜਿਹੜੇ ਪੋਸਟ ਗ੍ਰੈਜੂਏਟ ਤੋਂ ਬਾਅਦ ਉੱਥੇ ਟਿਕੇ ਹੋਏ ਨੇ, ਵਰਕ ਪਰਮਿਟ 'ਤੇ ਕੰਮ ਕਰ ਰਹੇ ਨੇ। ਅਤੇ ਹੁਣ ਇਹ ਜਿਹੜੀ ਐਲਾਨ ਨੀਤੀ ਸਾਹਮਣੇ ਆ ਗਈ ਹੈ, ਇਸ ਨੇ ਜ਼ਰੂਰ ਚਿੰਤਾ ਵਧਾ ਦਿੱਤੀ ਗਈ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ 31 ਦਸੰਬਰ 2023 ਤੱਕ ਜਿਨ੍ਹਾਂ ਵਿਦਿਆਰਥੀਆਂ ਦਾ ਇਹ ਵਰਕ ਪਰਮਿਟ ਪੂਰਾ ਹੋ ਜਾਊਗਾ, ਸਿਰਫ ਉਹੀ ਬੱਚੇ ਅਗਲੀ ਕੁਛ 18 ਮਹੀਨਿਆਂ ਦੇ ਲਈ ਵਰਕ ਪਰਮਿਟ ਦੇ ਲਈ ਓਪਨ ਅਪਲਾਈ ਕਰ ਸਕਦੇ ਨੇ। ਅਤੇ ਜਿਨ੍ਹਾਂ ਬੱਚਿਆਂ ਦਾ ਵਰਕ ਪਰਮਿਟ 1 ਜਨਵਰੀ 2024 ਤੋਂ ਖਤਮ ਹੋ ਰਿਹਾ, ਉਹਨਾਂ ਦੀ ਜਿਹੜੀ ਐਪਲੀਕੇਸ਼ਨ ਰੱਦ ਹੋ ਰਹੀ ਹੈ, ਉਹ ਬੱਚੇ ਹੁਣ ਅੱਗੇ ਅਪਲਾਈ ਨਹੀਂ ਕਰ ਪਾਣਗੇ। ਯਾਨੀ ਕਿ ਉਹਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਪੋਸਟ ਗ੍ਰੈਜੂਏਟ ਕਰ ਚੁੱਕੇ ਨੇ, ਜਿਹੜੇ ਅੱਗੇ ਕੰਮ ਦੀ ਭਾਲ ਦੇ ਵਿੱਚ ਸੀ ਜਾਂ ਜਿਨ੍ਹਾਂ ਦੀ PR ਦੀ ਫਾਈਲ ਵਗੈਰਾ ਉੱਥੇ ਬਾਹਰ ਲੱਗੀ ਹੋਈ ਸੀ, ਉਹਨਾਂ ਦੇ ਲਈ ਇਹ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਨੇ। ਅਤੇ ਇਹ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ, ਜਿਹਦੇ ਨਾਲ ਪੰਜਾਬੀ ਕਮਿਊਨਿਟੀ ਦਾ ਜ਼ਰੂਰ ਇਫੈਕਟ ਹੋਈ ਹੈ। ਤੁਸੀਂ ਇਸ ਐਲਾਨ ਬਾਰੇ, ਕੈਨੇਡਾ ਸਰਕਾਰ ਦੇ ਫੈਸਲੇ ਬਾਰੇ ਕਿਵੇਂ ਦੇਖਦੇ ਹੋ, ਕਮੈਂਟ ਸਾਨੂੰ ਦੱਸਿਓ।